ਫਾਜ਼ਿਲਕਾ ਦੀ ਰਾਧਾ ਸਵਾਮੀ ਕਲੋਨੀ ਦੀ ਗਲੀ ਨੰਬਰ 5 ਤੋਂ ਯੁਵਕ ਹੋਇਆ ਲਾਪਤਾ। ਪਿਛਲੇ 4 ਦਿਨਾਂ ਤੋਂ ਪਾਲ ਕਰ ਰਹੇ ਹਨ ਪਰਿਵਾਰ ਵਾਲੇ, ਪੁਲਿਸ ਨੂੰ ਦਿੱਤੀ ਸੂਚਨਾ। ਫਾਜ਼ਿਲਕਾ ਦੇ ਅਬੋਰ ਰੋਡ ਤੇ ਹੋਟਲ ਸਕਸ਼ਮ ਡ੍ਰੀਮ ਦੇ ਸਾਹਮਣੇ ਲੈਮੀਨੇਸ਼ਨ ਦਾ ਕੰਮ ਕਰਨ ਵਾਲਾ ਹਨੀ ਗਰੋਵਰ ਪਿਛਲੇ ਰਵੀਵਾਰ ਤੋਂ ਲਾਪਤਾ ਹੈ, ਜਿਸ ਦੀ ਪਾਲ ਪਰਿਵਾਰ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਹਨੀ ਗਰੋਵਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਰਵੀਵਾਰ ਤੋਂ ਸ਼ਾਮ 4:30 ਵਜੇ ਹਨੀ ਲਾਪਤਾ ਹੋ ਗਿਆ ਸੀ, ਜਿਸ ਦੀ ਪਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਵੀ ਇਸ ਬਾਰੇ ਦੇ ਵਿੱਚ ਸੂਚਨਾ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਹਨੀ ਗਰੋਵਰ ਦੀ ਉਮਰ 25 ਸਾਲ ਹੈ, ਜੋ ਕਿ ਫਾਜ਼ਿਲਕਾ ਦੀ ਰਾਧਾ ਸਵਾਮੀ ਕਲੋਨੀ ਦੇ ਵਿੱਚ ਰਹਿੰਦਾ ਸੀ। ਉਹਨਾਂ ਨੇ ਕਿਹਾ ਕਿ ਉਸ ਦੀ ਪਾਲ ਕੀਤੀ ਜਾ ਰਹੀ ਹੈ, ਲੇਕਿਨ ਉਹ ਕਿਤੇ ਵੀ ਨਹੀਂ ਮਿਲ ਰਿਹਾ। ਉਹਨਾਂ ਨੇ ਦੱਸਿਆ ਕਿ ਪਤਾ ਚੱਲਿਆ ਕਿ ਉਹ ਆਪਣੇ ਇੱਕ ਦੋਸਤ ਤੋਂ ਕਾਰ ਮੰਗ ਕੇ ਲੈ ਗਿਆ ਸੀ, ਜਿਸ ਤੋਂ ਬਾਅਦ ਤੋਂ ਉਹ ਲਾਪਤਾ ਹੈ। ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹਨੀ ਦੇ ਬਾਰੇ ਕਿਸੇ ਨੂੰ ਵੀ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਉਹਨਾਂ ਦੇ ਮੋਬਾਈਲ ਨੰਬਰ 62849131313 ਤੇ ਸੰਪਰਕ ਕਰ ਸਕਦੇ ਹਨ। ਸੋਨੂ ਚੁੱਗੀ ਮੇਰਾ ਜੀ, ਮੇਰਾ ਪੰਜ ਹੈ ਜੀ, ਠੀਕ ਹੈ ਜੀ। ਸੰਡੇ ਦਾ ਲਾਪਤਾ ਹੋਇਆ ਜੀ। ਕੀ ਨਾਂ ਹੈ ਤੁਹਾਡੇ ਪੰਜ? ਹਨੀ ਗਰੋਵਰ ਜੀ। ਕਿੱਥੋਂ ਰਹਿਣ ਵਾਲੇ? ਇਹ ਮੇਰੇ ਸਿਸਟਰ ਸੋਨ ਫਾਜ਼ਿਲਕਾ ਰਾਧਾ ਸਵਾਮੀ ਕਲੋਨੀ ਨੰਬਰ 5 ਜੀ, ਠੀਕ ਹੈ ਜੀ। ਔਰ ਉਹਦਾ ਕੋਈ ਛਾਣਬੀਨ ਕਰੋ, ਠੀਕ ਹੈ। ਔਰ ਇਹ ਮੇਰੇ ਸਿਸਟਰ ਨੇ, ਐਤਵਾਰ ਸ਼ਾਮ ਨੂੰ 6:30 ਵਜੇ ਘਰੋਂ ਗਿਆ ਜੀ। ਹਜੇ ਤੱਕ ਕੋਈ ਉਹਦਾ ਕੋਈ ਸੁਰਾਗ, ਕੋਈ ਕੁਛ ਵੀ ਨਹੀਂ ਪਤਾ ਚੱਲ ਰਿਹਾ ਉਹਨਾਂ ਦਾ। ਕੀ ਨਾਂ ਸੀ ਮੁੰਡੇ ਦਾ? ਮੁੰਡੇ ਹਨੀ ਗਰੋਵਰ ਜੀ। ਕਿੰਨੀ ਉਮਰ ਹੈ ਜੀ? ਉਮਰ 25 ਸਾਲ ਜੀ। ਆਪਦੀ ਦੁਕਾਨ ਹੈ ਜੀ ਉਹਨਾਂ ਦੀ, ਠੀਕ ਹੈ। ਆਰਵ ਆਰਟਸ ਸਕਸ਼ਮ ਹੋਟਲ ਦੇ ਬਿਲਕੁਲ ਸਾਹਮਣੇ ਜੀ। ਅਤੇ ਰਿਕੁਐਸਟ ਸਾਡੀ, ਬੇਨਤੀ ਸੁਣੀ ਜਾਵੇ, ਠੀਕ ਹੈ। ਨਹੀਂ ਗਿਆ ਕਾਹਦੇ ਸੀ? ਗਿਆ ਕਾਰ 'ਤੇ ਜੀ। ਕਾਰ ਆਪਣੇ ਦੋਸਤ ਅਰਨੀ ਵਾਲੇ ਮੰਦੇ ਮਿੱਤਰ ਸੀ, ਉਹਨਾਂ ਦੀ ਕਾਰ ਲੈ ਗਿਆ ਸੀ ਜੀ। ਕਿੰਨੇ ਦਿਨ ਹੋ ਗਏ ਲਾਪਤਾ ਹੋਏ ਨੂੰ? ਐਤਵਾਰ ਦਾ ਗਿਆ ਜੀ। ਮੇਰਾ ਨਾਂ ਅੰਜੂ ਹੈ, ਅਸੀਂ ਰਾਧਾ ਸਵਾਮੀ ਕਲੋਨੀ ਦੇ ਰਹਿਣ ਵਾਲੇ ਹਾਂ। ਮੇਰਾ ਬੇਟਾ ਗੁੰਮ ਹੋ ਗਿਆ ਹੈ, ਇਸ ਤਰ੍ਹਾਂ ਐਤਵਾਰ ਦਾ ਘਰੋਂ ਗਿਆ ਹੋਇਆ ਅਤੇ ਨਹੀਂ ਲੱਭਿਆ ਜੀ ਤੱਕ। ਕਿਸੇ ਦੀ ਬੇਲੀ ਦੀ ਕਾਰ ਮੰਗ ਕੇ ਲੈ ਗਿਆ ਤੱਕ, ਵਾਪਸ ਨਹੀਂ ਮੁੜਿਆ। ਹੋਟਲ ਸਕਸ਼ਮ ਹੋਟਲ ਦੇ ਸਾਹਮਣੇ ਮੇਰੇ ਬੇਟੇ ਦੀ ਦੁਕਾਨ ਹੈ, ਆਰਵ ਆਰਟਸ। ਕੀ ਨਾਂ ਜੀ ਮੁੰਡੇ ਦਾ? ਮੁੰਡੇ ਦਾ ਨਾਮ ਹਨੀ ਹੈ ਜੀ। ਅੰਕੁਸ਼ ਕੁਮਾਰ ਮੋਂਗਾ ਜੀ, ਵਾਸੀ ਧੋਬੀਘਾਟ, ਗਲੀ ਨੰਬਰ 4, ਫਾਜ਼ਿਲਕਾ ਦਾ ਰਹਿਣ ਵਾਲਾ ਜੀ ਮੈਂ ਜੀ। ਸਰ ਮੇਰਾ ਜੀ ਸਾਲਾ, ਸਮਝ ਲਓ ਤੁਸੀਂ, ਐਤਵਾਰ 4:30 ਵਜੇ ਕਰੋ ਗਿਆ ਜੀ। 6 ਵਜੇ ਉਹਦੀ ਗੱਲ ਹੋਈ ਹੈ ਜੀ, ਅਤੇ 6 ਵਜੇ ਤੋਂ ਬਾਅਦ ਉਹ ਨੰਬਰ ਸਵਿੱਚ ਆਫ ਆ ਰਿਹਾ ਜੀ। ਅਤੇ ਅੱਜ ਨੂੰ ਲਗਭਗ 5 ਦਿਨ ਹੋ ਗਏ ਨੇ ਜੀ, ਅਤੇ ਕੋਈ ਉਹਦਾ ਸਾਨੂੰ ਸੁਰ ਸੁਰਾਗ ਨਹੀਂ ਮਿਲ ਰਿਹਾ ਜੀ, ਠੀਕ ਹੈ ਜੀ। ਅਤੇ ਬੜੀ ਅਸੀਂ ਕੋਸ਼ਿਸ਼ ਕੀਤੀ ਹੈ, ਥਾਣੇ ਵਿੱਚ ਦਰਖਾਸਤ ਲਿਖਾ ਰੱਖੀ ਹੈ, 12 ਤਰੀਕ ਦੀ ਥਾਣੇ ਦਰਖਾਸਤ ਲਿਖਾਈ ਹੋਈ ਹੈ ਜੀ, ਵੀ ਸਾਨੂੰ ਮੁੰਡੇ ਲੋਕੇਸ਼ਨ ਟਰੈਸ ਕੇ ਦੱਸੀ ਜਾਵੇ ਜੀ, ਅਤੇ ਸਾਨੂੰ ਉਹਦਾ ਸੁਰ ਪਤਾ ਲੱਗਿਆ ਜੀ, ਅਤੇ ਬਾਕੀ ਉਹਨੂੰ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ। ਮੁੰਡਾ ਸਕਸ਼ਮ ਹੋਟਲ ਦੇ ਬਿਲਕੁਲ ਓਪੋਜਿਟ ਆਪਣੀ ਦੁਕਾਨ ਹੈਗੀ, ਆਰ ਅਵਾਰਡਸ ਨਾਂ 'ਤੇ ਜੀ, ਅਤੇ ਉੱਥੇ ਕੰਮ ਕਰਦਾ ਆਪਦਾ ਜੀ। ਅਤੇ 12 ਤਰੀਕ ਦਾ ਕਰੋ ਗਿਆ ਹੈ, ਅੱਜ ਸਮਝ ਲਓ 16 ਤਰੀਕ ਹੋ ਗਈ ਜੀ, ਅਤੇ ਮੁੰਡੇ ਦਾ ਕੋਈ ਸੁਰ ਪਤਾ ਨਹੀਂ ਲੱਗ ਰਿਹਾ ਜੀ। ਸੋ ਸਾਡੀ ਰਿਕੁਐਸਟ ਹੈ ਜੀ ਵੀ ਤੁਸੀਂ ਮੁੰਡੇ ਦਾ ਸੁਰ ਪਤਾ ਲਗਾਉਣ ਸਾਡੀ ਹੈਲਪ ਕਰੋ ਜੀ। ਥਾਣੇ ਅਸੀਂ ਦਰਖਾਸਤ ਐਸ ਐਸ ਸਾਹਿਬ ਨੂੰ ਦੇ ਰੱਖੀ ਹੈ ਜੀ, ਅੱਜ 12 ਤਰੀਕ ਨੂੰ ਦਿੱਤੀ ਸੀਗੀ, ਅਤੇ ਅਜੇ ਸਾਨੂੰ ਤਾਂ ਕੋਈ ਉਹਦਾ ਸੁਰ ਸੁਰਾਗ ਨਹੀਂ ਮਿਲਦਾ, ਨਾ ਸਾਨੂੰ ਲੋਕੇਸ਼ਨ ਉਹਦੀ ਮਿਲ ਰਹੀ, ਨਾ ਸਾਨੂੰ ਕੋਈ ਕਾਲ ਰਿਕਾਰਡ ਮੁੰਡੇ ਮਿਲ ਰਹੀ ਜੀ, ਸਾਨੂੰ ਕੁਛ ਵੀ ਨਹੀਂ ਮਿਲ ਰਿਹਾ। ਸੋ ਸਾਡੀ ਬੇਨਤੀ ਹੈ ਜੀ ਵੀ ਸਾਨੂੰ ਇਹ ਸਾਰੀ ਉਹਦੀ ਲੋਕੇਸ਼ਨ ਵਗੈਰਾ ਟਰੈਸ ਕਰਕੇ ਦੱਸੀ ਜਾਵੇ, ਅਤੇ ਉਹਦਾ ਨੰਬਰ ਟਰੈਸ ਕੀਤਾ ਜਾਵੇ, ਸਾਨੂੰ ਉਹਦੀ ਰਿਪੋਰਟ ਪੂਰੀ ਮਿਲ ਜਾਵੇ ਜੀ। ਥੈਂਕ ਯੂ ਜੀ।